ਸਵਾਗਤ ਹੈ ਜੀ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਜੋਬ ਨਿਊਜ਼ ਅੱਡਾ ਦੇ ਵਿੱਚ। ਦੋਸਤੋ ਬਹੁਤ ਹੀ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ, ਆਪਣੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਜਿਹੜੇ ਹੈ ਉਹਨਾਂ ਨੇ ਅਨਾਊਂਸ ਕੀਤਾ ਕਿ ਆਉਣ ਵਾਲੇ ਜਿਹੜੇ 2-3 ਹਫ਼ਤੇ ਹੋਣਗੇ ਉਹਨਾਂ ਵਿੱਚ ਸਾਰੇ ਜਿੰਨੇ ਪੰਜਾਬ ਦੇ ਕੈਂਡੀਡੇਟ ਹੈ ਸਾਰਿਆਂ ਨੂੰ ਸਮਾਰਟਫੋਨ ਵੰਡੇ ਜਾਣਗੇ। ਸਾਰੇ ਨਿਊਜ਼ ਤੁਹਾਡੇ ਨਾਲ ਸਾਂਝਾ ਕਰਾਂਗੇ ਦੋਸਤੋ, ਬਟ ਉਸ ਤੋਂ ਪਹਿਲਾਂ ਰਿਕੁਐਸਟ ਹੈ ਜਿੰਨੇ ਵੀ ਸਾਡੇ ਨਏ ਵਿਵਰ ਸਾਡੇ ਨਾਲ ਜੁੜ ਰਹੇ ਹੈ, ਲੇਟੈਸਟ ਭਰਤੀ ਡਿਟੇਲ ਤੇ ਕੰਮ ਦੀ ਨਿਊਜ਼ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਸ ਦੋਸਤੋ ਨਿਊਜ਼ ਦੀ ਗੱਲ ਕਰੀਏ ਤਾਂ ਆਪਣੇ ਜਿਹੜੇ ਮਨਪ੍ਰੀਤ ਸਿੰਘ ਹੈ ਦੋਸਤੋ, ਉਹਨਾਂ ਨੇ ਅਨਾਊਂਸ ਕੀਤਾ ਹੈ ਕਿ 2-3 ਹਫ਼ਤਿਆਂ ਵਿੱਚ ਸਾਰਿਆਂ ਨੂੰ ਸਮਾਰਟਫੋਨ ਵੰਡ ਦਿੱਤੇ ਜਾਣਗੇ। ਬਟ ਉਸ ਤੋਂ ਪਹਿਲਾਂ ਜੇ ਤੁਹਾਨੂੰ ਯਾਦ ਹੋਵੇ ਦੋਸਤੋ, ਜਦੋਂ ਸਰਕਾਰ ਚੁਣਾਵ ਜਿੱਤੀ ਸੀ ਇਹਨਾਂ ਨੇ ਅਨਾਊਂਸ ਕੀਤਾ ਸੀ ਕਿ 100 ਦਿਨਾਂ ਦੇ ਅੰਦਰ ਸਾਰੇ ਜਿੰਨੇ ਪੰਜਾਬ ਦੇ ਨੌਜਵਾਨ ਹੈ ਸਾਰਿਆਂ ਨੂੰ ਸਮਾਰਟਫੋਨ ਵੰਡੇ ਜਾਣਗੇ। ਬਟ ਉਸ ਤੋਂ ਬਾਅਦ ਦੋਸਤੋ ਇਹ ਤਾਂ ਵਾਅਦਾ ਪੂਰਾ ਨਹੀਂ ਹੋਇਆ, ਫਿਰ ਹਰੇਕ ਦੀਵਾਲੀ ਨੂੰ ਅਨਾਊਂਸ ਕੀਤਾ ਗਿਆ ਕਿ ਦੀਵਾਲੀ ਮੌਕੇ ਸਮਾਰਟਫੋਨ ਵੰਡੇ ਜਾਣਗੇ। ਬਟ ਦੋਸਤੋ 3 ਦੀਵਾਲੀ ਲੰਘੀ, ਕਿਸੇ ਵੀ ਦੀਵਾਲੀ ਮੌਕੇ ਸਮਾਰਟਫੋਨ ਨਹੀਂ ਵੰਡੇ ਗਏ। ਬਟ ਅੱਜ ਜਿਹੜੇ ਹੈ ਵਿੱਤ ਮੰਤਰੀ ਨੇ ਇਹ ਸਪਸ਼ਟ ਕੀਤਾ ਹੈ ਕਿ ਆਉਣ ਵਾਲੇ 2-3 ਹਫ਼ਤੇ ਜਿਹੜੇ ਪੰਜਾਬ ਦੇ ਹੋਣਗੇ ਸਾਰੇ ਕੈਂਡੀਡੇਟਾਂ ਨੂੰ ਸਮਾਰਟਫੋਨ ਵੰਡ ਦਿੱਤੇ ਜਾਣਗੇ। ਬਟ ਦੋਸਤੋ ਇਹਨਾਂ ਨੇ ਕੋਈ ਜਿਹੜਾ ਹੈ ਨਾ ਤਾਂ ਰਜਿਸਟ੍ਰੇਸ਼ਨ ਬਾਰੇ ਹਾਲੇ ਦੱਸਿਆ ਕਿ ਕਿਹੜੇ ਕਿਹੜੇ ਕੈਂਡੀਡੇਟਾਂ ਨੂੰ ਦਿੱਤੇ ਜਾਣਗੇ, ਨਾ ਇਹਨਾਂ ਨੇ ਬਾਕੀ ਕੋਈ ਜਾਣਕਾਰੀ ਆਪਣੇ ਨਾਲ ਸਾਂਝੀ ਕੀਤੀ ਹੈ। ਬਟ ਇਹ ਨਿਊਜ਼ ਸਿਰਫ ਰਿਲੀਜ਼ ਕੀਤੀ ਹੈ ਕਿ 2-3 ਹਫ਼ਤਿਆਂ ਦੇ ਵਿੱਚ ਸਮਾਰਟਫੋਨ ਵੰਡ ਦਿੱਤੇ ਜਾਣਗੇ। ਜੇ ਦੋਸਤੋ ਤੁਸੀਂ ਵੀ ਇੰਟਰਸਟ ਰੱਖਦੇ ਹੋ ਸਮਾਰਟਫੋਨ ਪਾਉਣ ਦੇ ਲਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਜਿਵੇਂ ਹੀ ਇਹਨਾਂ ਦੀ ਰਜਿਸਟ੍ਰੇਸ਼ਨ ਦੀ ਕੋਈ ਨਿਊਜ਼ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ। ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨੀ ਹੀ ਨਿਊਜ਼ ਸੀ, ਨੈਕਸਟ ਵੀਡੀਓ ਵਿੱਚ ਫਿਰ ਮੁਲਾਕਾਤ ਹੋਏਗੀ। ਉਦੋਂ ਤੱਕ ਦੇ ਲਈ ਰੱਬ ਰਾਖਾ।